ਡਿੱਗੀ ਮੇਰੀ ਮੰਮੀ ਦਾ ਤੇ ਮੇਰੇ ਮੰਮੀ ਦੀ ਡੈਥ ਹੋ ਗਈ ਹੈ ਸਰ ਮੈਨੂੰ ਤੇ ਫੋਨ ਗਿਆ ਹੈ ਕਿ ਕੰਧ ਡਿੱਗ ਪਈ ਹੈ ਤੇ ਸਿਰ ਤੇ ਸੱਟ ਲੱਗੀ ਹੈ ਪਹਿਲੇ ਪ੍ਰਾਈਵੇਟ ਹਸਪਤਾਲ ਲੈ ਗਏ ਉਹ ਕਹਿੰਦੇ ਸਿਵਲ ਤੇ ਲਾਇਓ ਸਿਵਲ ਤੇ ਲੈ ਗਏ ਕਹਿੰਦੇ ਗੁਰੂ ਨਾਨਕ ਦੇ ਲਾਇਓ ਇੱਥੋਂ ਪੰਜਾਬ ਜਾਈ ਜੋ ਉਹਨਾਂ ਦੀ ਮੌਤ ਹੋ ਗਈ ਹੈ ਹੁਣ ਜਦੋਂ ਹਨੇਰੀ ਆਈ ਹੈ ਅੰਦਰ ਹੀ ਸੀਗੇ ਆਪਾਂ ਤੇ ਉਹਨਾਂ ਦੇ ਉੱਪਰ ਆ ਕੇ ਪੂਰੀ ਕੰਧ ਡਿੱਗ ਪਈ ਹੈ ਇਹਨਾਂ ਨੇ ਬੀਮ ਨਹੀਂ ਪਾਇਆ ਕੋਈ ਵੀ ਬੀਮ ਕੁਝ ਨਹੀਂ ਖਾਲੀ ਉਦਾਂ ਹੀ ਕੰਧ ਖੜੀ ਕੀਤੀ ਸਰੀਏ ਇਹਨਾਂ ਦਾ ਸਕੂਲ ਬੰਦ ਕੀਤਾ ਜਾਵੇ ਪ੍ਰਿੰਸੀਪਲ ਨੂੰ ਜਿਨ੍ਹਾਂ ਨੇ ਵੀ ਕੰਧ ਕੀਤੀ ਉਹਨੂੰ ਘੜੀਸਿਆ ਜਾਵੇ ਬਸ ਇੱਕ ਵਾਰੀ ਹੋਇਆ ਜਾਂ ਸਾਡੇ ਹਵਾਲੇ ਕੀਤਾ ਜਾਵੇ ਕਿ ਆਪਾਂ ਵੀ ਉਹ ਵੀ ਇਦਾਂ ਹੀ ਮਰਨ ਬਸ ਸਾਡੀ ਇਕੱਲੀ ਇਕੱਲੀ ਮਾਂ ਹੀ ਉਹ ਵੀ ਮਰ ਗਈ ਸਰ ਸਾਨੂੰ ਘਰੋਂ ਇਧਰੋਂ ਫੋਨ ਆਇਆ ਕਿ ਕੰਧ ਡਿੱਗਣ ਕਰਕੇ ਇਹਨਾਂ ਦੀ ਡੈਥ ਹੋ ਗਈ ਅਸੀਂ ਆ ਕੇ ਵੇਖਿਆ ਮੌਕੇ ਤੇ ਇਹ ਮਤਲਬ 40 ਫੁੱਟ ਉੱਤੀ ਕੰਧ ਦੇ ਵਿੱਚ ਸਿੰਗਲ ਪਰਦਾ ਕੀਤਾ 4 ਇੰਚੀ ਦਾ ਇਹਨਾਂ ਨੇ ਠੀਕ ਹੈ ਜੀ ਉਹਨਾਂ ਦਾ ਸਿਰ ਖੁੱਲ ਗਿਆ ਏ ਕਿ ਨਾਲ ਸਾਡੇ ਪੜੋਸੀ ਉਹਨਾਂ ਦੀ ਡੈਥ ਹੋ ਗਈ ਏ ਸਰਕਾਰੀ ਸਕੂਲ ਹੈ ਹੀਰਗੜਾ ਹੁਣ ਸਾਡੇ ਮਾਮਾ ਜੀ ਇਕੱਲੇ ਕਮਾਈ ਕਰਦੇ ਸੀ ਨਾਲ ਇੱਕ ਉਹਨਾਂ ਦੀ ਗੁੜੀਆ 18 ਸਾਲ ਦੀ ਹੈ ਤੁਸੀਂ ਪਰਿਵਾਰ ਘਰ ਪਰਿਵਾਰ ਦੇ ਸਿਰ ਖੁੱਲ ਗਿਆ ਕਿਨਾਂ ਦਾ ਸਕੂਲ ਹੈ ਜੀ ਕੁਝ ਪਤਾ ਜੀ ਸਰਕਾਰੀ ਸਕੂਲ ਹੈ ਹੀਰਗੜਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਰ ਆਪਾਂ ਤਾਂ ਇਕੱਲੀਆਂ ਕੁੜੀਆਂ ਵੀ ਮੰਗ ਤੇ ਸੋ ਕੀ ਕਰਾਂਗੇ ਸਾਡੀ ਨੂੰ ਮੈਂ ਆਪਣੀ ਮਾਪਾ ਆਪਣੀ ਮੰਮੀ ਨਾਲ ਪੋਸਟਮਾਰਟਮ ਵੀ ਕਰਾਉਣਾ ਚਾਹੁੰਦੇ ਆ ਕਿ ਇਹਨਾਂ ਦਾ ਕੇਸ ਕੀਤਾ ਜਾਵੇ ਆ ਸਕੂਲ ਬੰਦ ਕੀਤਾ ਜਾਵੇ ਪਹਿਲੇ ਵੀ ਇਹ ਕਹਿੰਦੇ ਕਿਹਾ ਹੋਇਆ ਸੀ ਕੰਧ ਬਾਰੇ ਪਰ ਕੋਈ ਨਹੀਂ ਸੁਣਵਾਈ ਨਹੀਂ ਕੀਤੀ ਇਹਨਾਂ ਦਾ ਸਕੂਲ ਬੰਦ ਕੀਤਾ ਜਾਵੇ ਪ੍ਰਿੰਸੀਪਲ ਨੂੰ ਜਿਨ੍ਹਾਂ ਨੇ ਵੀ ਕੰਧ ਕੀਤੀ ਉਹਨੂੰ ਘੜੀਸਿਆ ਜਾਵੇ ਬਸ ਇੱਕ ਵਾਰੀ ਜਾਂ ਸਾਡੇ ਹਵਾਲੇ ਕੀਤਾ ਜਾਵੇ ਕਿ ਆਪਾਂ ਵੀ ਉਹ ਵੀ ਇਦਾਂ ਹੀ ਮਰਨ ਬਸ ਸਾਡੀ ਇਕੱਲੀ ਇਕੱਲੀ ਮਾਂ ਹੀ ਉਹ ਵੀ ਮਰ ਗਈ ਸਰ ਤੋਂ ਇਹ ਬੰਨਾ ਆ ਕੇ ਤੇ ਉੱਪਰ ਡਿੱਗ ਪਿਆ ਇਹਨਾਂ ਦੇ ਉੱਤੇ ਉੱਥੇ ਹੀ ਲੰਮੇ ਪੈ ਗਏ ਅਸੀਂ ਸਕੂਲ ਵੱਲ ਗਏ ਵੀ ਇਕੱਠੇ ਹੋ ਗਏ ਕਿ ਤੁਸੀਂ ਕੰਧ ਨਾ ਕਰੋ ਅਤੇ ਉਹਨਾਂ ਨੇ ਕੰਧ ਇਹ ਵਾਲੀ ਕੀਤੀ ਆ ਕਹਿਣ ਦੇ ਬਜਾ ਵੀ ਸਾਰੀ ਗਲੀ ਇਕੱਠੀ ਹੋ ਕੇ ਗਈ ਆ ਕਹਿੰਦੇ ਨਹੀਂ ਜੀ ਅਸੀਂ ਕੰਧ ਕਰਨੀ ਹੈ ਹੁਣ ਜਦੋਂ ਹਨੇਰੀ ਆਈ ਆ ਅੰਦਰ ਹੀ ਸੀਗੇ ਆਪਾਂ ਤੇ ਉਹਨਾਂ ਦੇ ਉੱਪਰ ਆ ਕੇ ਪੂਰੀ ਕੰਧ ਡਿੱਗ ਪਈ ਇਹਨਾਂ ਨੇ ਬੀਮ ਨਹੀਂ ਪਾਇਆ ਕੋਈ ਵੀ ਬੀਮ ਕੁਝ ਨਹੀਂ ਖਾਲੀ ਉਦਾਂ ਹੀ ਕੰਧ ਖੜੀ ਕੀਤੀ ਸਰੀਏ ਵੀ ਕੋਈ ਪਿਆ ਵੇਖੋ ਖਾਲੀ ਟਾ 4 ਇੰਚੀ ਦਾ ਪਰਦਾ ਕੀਤਾ ਜੇ ਕੀ ਮੰਗ ਕੀ ਕਰਦੇ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਆ ਮੇਰੀ ਕੁੜੀ ਜੇ ਮੇਰਾ ਨਾਮ ਮਨਜੀਤ ਸਿੰਘ ਆ ਇਹ ਮੇਰੇ ਮਾਮਾ ਜੀ ਲੱਗਦੇ ਸੀ ਸਾਨੂੰ ਘਰੋਂ ਇਧਰੋਂ ਫੋਨ ਆਇਆ ਕਿ ਕੰਧ ਡਿੱਗਣ ਕਰਕੇ ਇਹਨਾਂ ਦੀ ਡੈਥ ਹੋ ਗਈ ਅਸੀਂ ਆ ਕੇ ਵੇਖਿਆ ਮੌਕੇ ਤੇ ਇਹ ਮਤਲਬ 40 ਫੁੱਟ ਉੱਤੀ ਕੰਧ ਦੇ ਵਿੱਚ ਸਿੰਗਲ ਪਰਦਾ ਕੀਤਾ 4 ਇੰਚੀ ਦਾ ਇਹਨਾਂ ਨੇ ਠੀਕ ਹੈ ਜੀ ਅਜੇ ਕਿ ਇਹਨਾਂ ਦੇ ਨਾਲ ਇੱਕ ਹੋਰ ਆ ਬਜ਼ੁਰਗ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਸਾਡੇ ਕੋਲ ਇਹੋ ਇਹ ਮਤਲਬ ਪ੍ਰਸ਼ਾਸਨ ਕੋਲ ਮੰਗ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਗਲੀ ਮੁਹੱਲੇ ਵਾਲੇ ਨਾਲ ਕੌਂਸਲਰ ਸਾਹਿਬ ਸਾਰੇ ਸਕੂਲ ਤੋਂ ਇਕੱਠੇ ਹੋ ਕੇ ਗਏ ਸਕੂਲ ਦੇ ਪ੍ਰਿੰਸੀਪਲ ਨੂੰ ਰਿਕੁਐਸਟ ਕੀਤੀ ਆ ਬੇਨਤੀਆਂ ਕੀਤੀਆਂ ਕਿ ਇਹ ਕੰਧ ਨਾ ਬਣਾਈ ਜਾਵੇ ਕੱਲ੍ਹ ਨੂੰ ਕਿਤੇ ਵੀ ਭੁਚਾਲ ਆਉਣ 'ਤੇ ਜਾਂ ਹਨੇਰੀ ਆਉਣ 'ਤੇ ਇਹ ਗਲੀ ਦਾ ਨੁਕਸਾਨ ਹੋ ਸਕਦਾ ਕੋਈ ਨਾ ਕੋਈ ਵਾਪਰ ਸਕਦੀ ਹੈ ਘਟਨਾ ਹੁਣ ਸਾਡੇ ਮਾਮਾ ਜੀ ਇਕੱਲੇ ਕਮਾਈ ਕਰਦੇ ਸੀ ਨਾਲ ਇੱਕ ਉਹਨਾਂ ਦੀ ਗੁੜੀਆ 18 ਸਾਲ ਦੀ ਹੈ ਤੁਸੀਂ ਪਰਿਵਾਰ ਘਰ ਪਰਿਵਾਰ ਜੋ ਕਿ ਇਹ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਇਸ ਸੰਬੰਧੀ ਤੁਸੀਂ ਪਰਚਾ ਦਰਜ ਕਰਾਓਗੇ ਜੀ ਸਕੂਲ ਪ੍ਰਿੰਸੀਪਲ 'ਤੇ ਇਹ ਕੋਈ ਗੱਲ ਨਹੀਂ ਵਿਚਾਰ ਕਰਕੇ ਸਾਰੇ ਮਤਲਬ ਕੌਂਸਲਰ ਸਾਹਿਬ ਨਾਲ ਜਾਂ ਹੋਰ ਹੀ ਵਿਚਾਰ ਕਰਕੇ ਕਿਉਂਕਿ ਜੋ ਵੀ ਅਜੇ ਤਾਂ ਚਲੋ ਦੋ ਡੈਥ ਹੋਈ ਹੈ ਇੱਕ ਮੇਰੇ ਮਾਮਾ ਜੀ ਹੀ
ਨਾਲ ਇੱਕ ਲੇਡੀ ਸੀ ਉਹਨਾਂ ਦੀ ਡੈਥ ਹੋਈ ਜੇ ਬਾਈ ਚਾਂਸ ਹੋਰ ਬੱਚੇ ਵਗੈਰਾ ਵੀ ਖੇਡਦੇ ਹੁੰਦੇ ਜਾਂ ਹੋਰ ਪਰਿਵਾਰਕ ਮੈਂਬਰ ਹੁੰਦੇ ਗਲੀ ਦੇ ਤਾਂ ਫਿਰ ਕਿੰਨਾ ਨੁਕਸਾਨ ਹੋਇਆ ਤੁਸੀਂ ਇਹਦੇ ਅੰਦਾਜ਼ਾ ਲਾ ਸਕਦੇ ਜੋ ਕਿ ਅਜੇ ਤਾਂ ਚਲੋ ਦੋ ਡੈਥ ਹੋਈਆਂ ਪਰ ਜੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਹੋਰ ਵੀ ਇੱਥੇ ਮਤਲਬ ਬੱਚੇ ਵਗੈਰਾ ਖੇਡਦੇ ਹੁੰਦੇ ਤਾਂ ਤੁਸੀਂ ਆਹ ਸੋਚੋ ਕਿ ਕਿੰਨਾ ਨੁਕਸਾਨ ਹੋ ਸਕਦਾ ਸੀ ਇਹ ਸਾਰੀ ਪ੍ਰਸ਼ਾਸਨ ਦੀ ਗਲਤੀ ਆ ਇਹਦੇ ਕਰਕੇ ਕਿ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ जो भी सामने ਇਹਨਾਂ 'ਚ ਇੱਕ ਸਤਨਾਮ ਸਿੰਘ ਹੈ ਜੀ ਸਤਨਾਮ ਸਿੰਘ ਦੂਸਰੇ ਜਿਹੜੇ ਆ ਉਹ ਕਿੰਨੇ ਸਨਮਾ ਜੀ ਸਰ ਹੁਣ ਡੈਡ ਬੋਡੀ ਦੇ ਪੋਸਟਮਾਰਟਮ ਵਗੈਰਾ ਵੀ ਕੀਤੇ ਜਾਂਦੇ ਬਿਲਕੁਲ ਪੋਸਟਮਾਰਟਮ ਕਰਾਇਆ ਜਾਊਗਾ ਜੀ ਜੋ ਵੀ ਪੋਸਟਮਾਰਟਮ ਕਰਾ ਕੇ ਜੋ ਵੀ ਕਾਰਵਾਈ ਬਣਦੀ ਉਹ ਕਿਉਂ ਹੋਣੀ ਸਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਬਾਰ ਬਾਰ ਕਿ ਇਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਦੀਵਾਰ ਜਿਹੜੀ ਆ ਉਹਨੂੰ ਜ਼ਿਆਦਾ ਮਜ਼ਬੂਤ ਕੀਤਾ ਜਾਵੇ ਤਾਂ ਜੋ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੋ ਸਕੇ ਇਹਦੇ ਸੰਬੰਧੀ ਜੋ ਵੀ ਪਰਿਵਾਰ ਮੈਂਬਰ ਬਿਆਨ ਦਿੰਦੇ ਆ ਉਸੇ ਮੁਤਾਬਕ ਉਹ ਗੱਲ ਨਹੀਂ ਥੈਂਕ ਯੂ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ ਜੋ ਕਰਦੇ ਨੇ ਮੁਫਤ ਸੇਵਾ ਮੁਫਤ ਸਮਾਧਾਨ